मेरा पहला सवाल है, जलेबी नू अंग्रेजी विच की कहा जाता है? देख लो जलेबी ना पंगे ले रहे हैं आपा सीधा। जलेबी खादी कि नहीं? किने सारे ने खादी। क्यों यार, चल रहा है ना जलेबी 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 जलेबी। अच्छा जलेबी बनाई कि नहीं? किने बनाई? नहीं खा, मैं बनाई है टीकरी बॉर्डर ते। ਤੁਸੀਂ ਬਣਾਈ ਥੋੜੂ ਹੈ? ਅਸੀਂ ਬਣਾਈ, ਮੈਂ ਬਣਾਈ ਵੀ ਸੀ, ਐ ਬਣਾ ਕੇ ਪ੍ਰੈਕਟਿਸ ਕੀਤੀ ਸੀ ਕਿ ਬਣਾਈ ਨਹੀਂ ਗਈ। ਮੈਂ ਨਕਸ਼ਾ ਹੀ ਬਣਾਤਾ ਸੀਗਾ, ਮੇਰੇ ਨਾਲ ਕੋਈ ਹੋਰ ਵੀ ਸੀ ਜਿਹਦਾ ਆਪਾਂ ਨਾਮ ਨਹੀਂ ਲੈਣਾ, ਤੁਹਾਨੂੰ ਪਤਾ ਹੀ ਹੈ। ਸੋ ਜਵਾਬ ਹੀ ਦੇ ਦਿਓ ਤੁਸੀਂ। ਦੱਸੋ ਜੀ ਇਸਦਾ ਜਵਾਬ ਮੈਂ ਦਊਂਗੀ। ਹਾਂ ਦਿਓ ਜੀ। ਫਨਲ ਕੇਕ ਤੇ ਸਿਰਪ ਫਿਲਡ ਰਿੰਗ। ਬਿਲਕੁਲ ਸਹੀ ਜਵਾਬ, ਫਨਲ ਕੇਕ ਅਤੇ ਸਿਰਪ ਫਿਲਡ ਰਿੰਗ ਕਿਹਾ ਜਾਂਦਾ ਹੈ ਜਲੇਬੀ ਨੂੰ ਅੰਗਰੇਜ਼ੀ ਦੇ ਵਿੱਚ। ਇਹ ਜਿਹੜਾ ਸਿਰਪ ਫਿਲਡ ਰਿੰਗ ਹੈ, ਹਾਂ ਜੀ, ਸੌਖਾ ਨਹੀਂ ਲਿਆ ਗਿਆ ਅੰਗਰੇਜ਼ੀ ਤੋਂ? ਬਹੁਤ ਜ਼ਿਆਦਾ, ਬਹੁਤ ਆਪਣੇ ਜਲੇਬੀ ਵਰਗੇ ਪੁੱਠੇ ਕਰਦੇ ਆ। ਆਪਣਾ ਕੰਮ ਜਲੇਬੀ ਵਰਗਾ ਆ ਜੀ, ਮਤਲਬ ਜਲੇਬੀ ਜਿਹੜਾ ਹੈ ਨਾ ਸਭ ਤੋਂ ਸੌਖਾ ਕੰਮ ਹੈ ਆਪਣਾ। ਉਹੀ ਹੈ ਅੰਗਰੇਜ਼ ਵਾਲੇ ਪੁੱਠੇ ਪੰਗੇ ਪੁੱਠੇ ਪੁੱਠੇ ਪੰਗੇ ਲੈਂਦੇ ਨੇ। ਨੋ ਵੀ ਇਹਨਾਂ ਦੇ ਕਿੰਨੇ ਔਖੇ ਔਖੇ ਹੁੰਦੇ ਨੇ, ਬੜਾ ਔਖਾ ਹੈ। ਲਓ ਫਿਰ ਅਗਲਾ ਸਵਾਲ ਆ ਗਿਆ ਮੇਰਾ ਜੀ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਆਕਸੀਜਨ ਦੇਣ ਵਾਲਾ ਰੁੱਖ ਕਿਹੜਾ ਹੈ? ਬਹੁਤ ਹੀ ਇੰਪੋਰਟੈਂਟ ਸਵਾਲ ਹੈ ਔਰ ਇਸ ਸਵਾਲ ਦਾ ਜਵਾਬ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਹੈ। ਪਿੱਛੇ ਜੇ ਆਕਸੀਜਨ ਹੋ ਕਿੰਨਾ ਮਹਿੰਗਾ ਮਹਿੰਗਾ ਵਿਕਿਆ ਹੈਨਾ, ਪਰਮਾਤਮਾ ਦਾ ਬਣਾਇਆ ਹੋਇਆ ਆਕਸੀਜਨ ਪਰਮਾਤਮਾ ਵੱਲੋਂ ਫ੍ਰੀ ਮਿਲਦਾ ਹੈ। ਕਦੀ ਪਰਮਾਤਮਾ ਧੰਨਵਾਦ ਕੀਤਾ? ਕਦੀ ਰੱਬ ਦਾ ਸ਼ੁਕਰ ਕੀਤਾ ਕਿ ਰੱਬਾ ਤੂੰ ਸਾਨੂੰ ਇੰਨਾ ਕੁਝ ਦਿੱਤਾ? ਇਹ ਤਾਂ ਲਾਨਤਾਂ ਹੀ ਬਣੇ ਰੱਬ ਨੂੰ। ਰੱਬ ਨੂੰ ਤਾਂ ਕਹਿੰਦਾ ਤੈ ਕਰੋਨਾ ਭੇਜਦਾ। ਹਾਂ ਰੱਬ ਨੂੰ ਲਾਨਤਾਂ ਬਣੇ। ਅਸੀਂ ਸਹੀ ਗੱਲ ਦੱਸਦਾ, ਜੇ ਮਾੜੇ ਕੁਝ ਹੋ ਜੇ ਹਾਏ ਰੱਬਾ ਆਹ ਤੂੰ ਕਰਤਾ ਆਹ ਕੀ ਕੀਤਾ, ਲੇਕਿਨ ਇਹ ਨਹੀਂ ਵਿਚਾਰਦੇ ਰੱਬ ਨੇ ਹੱਥ ਪੈਰ ਦਿੱਤੇ ਨੇ ਕਮਾਉਣ ਦੇ ਲਈ, ਦਿਮਾਗ ਦਿੱਤਾ ਸੋਚਣ ਦੇ ਲਈ, ਮੂੰਹ ਦਿੱਤਾ ਬੋਲਣ ਦੇ ਲਈ, ਬੜਾ ਕੁਝ ਦਿੱਤਾ। ਧੰਨਵਾਦ ਕਰੀਏ। ਧੰਨਵਾਦ ਕੋਈ ਕਰਦਾ। ਸੋ ਗੱਲਾਂ ਤੇ ਨਾ ਉਲਝੋ, ਜਵਾਬ ਦਿਓ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਆਕਸੀਜਨ ਦੇਣ ਵਾਲਾ ਰੁੱਖ ਕਿਹੜਾ ਹੈ? ਤੁਸੀਂ ਦੱਸੋਗੇ? ਹਾਂਜੀ ਜੀ, ਦੱਸੋ ਜੀ ਫਿਰ। ਦੁਨੀਆ ਦਾ ਸਭ ਤੋਂ ਜ਼ਿਆਦਾ ਆਕਸੀਜਨ ਦੇਣ ਵਾਲਾ ਜਿਹੜਾ ਦਰਖਤ ਆ ਉਹ ਹੈਗਾ ਜੀ ਪੀਪਲ। ਬਿਲਕੁਲ ਸਹੀ ਜਵਾਬ ਹੈ ਜੀ, ਪੀਪਲ ਤੋਂ ਆਪਾਂ ਨੂੰ ਸਭ ਤੋਂ ਜ਼ਿਆਦਾ ਆਕਸੀਜਨ ਪ੍ਰਾਪਤ ਹੁੰਦੀ ਹੈ ਜੀ। ਵੈਰੀ ਗੁੱਡ, ਵੈਸੇ ਦੋਨੋਂ ਗੱਲਾਂ ਇੱਕੋ ਹੀ ਸੀ। ਔਰ ਜਿਹੜਾ ਪੀਪਲ ਹੈ ਕਹਿੰਦੇ ਪਹਿਲਾਂ ਇਹ ਵਹਿਮ ਵੀ ਬਣਿਆ ਹੋਇਆ ਨਾ, ਕਹਿੰਦੇ ਪੀਪਲ ਦੀ ਲੱਕੜੀ ਹੈ ਜਿਹੜੇ ਪੰਡਤ ਲੋਕ ਜਾ ਸਕਦੇ। ਅੱਛਾ ਜੀ, ਸਾਡੇ ਤਾਂ ਬਣਿਆ ਹੋਇਆ ਤੇ ਬੇਰੀ ਤੇ ਪਿੱਪਲ ਦੀ ਲੱਕੜੀ ਆ ਜਿਹੜੇ ਉਹ ਵੀ ਜਿਹੜੇ ਵੀ ਕੋਈ ਪਿੱਪਲ ਤੇ ਭੂਤ ਵੀ ਹੁੰਦਾ? ਭੂਤ ਬਾਤ ਦਾ ਤਾਂ ਪਤਾ ਨੀ, ਸੁਣਿਆ ਕਹਿੰਦੇ ਜਿਹੜੀ ਬੇਰੀ ਤੇ ਪਿੱਪਲ ਦੀ ਲੱਕੜੀ ਆ ਉਹ ਸਿਰਫ ਪੰਡਤ ਹੀ ਜਾਲ ਸਕਦਾ ਉਹਨਾਂ ਨੂੰ, ਜੇ ਕਿਸੇ ਦਾ ਪਿੱਪਲ ਪੱਟ ਜਾਂਦਾ ਜਾਂ ਬੇਰੀ ਪੰਡਤਾਂ ਦੇ ਘਰ ਸਿੱਟਿਆਂ ਦੀ। ਅੱਛਾ, ਇਹ ਮੈਂ ਪਹਿਲੀ ਵਾਰ ਸੁਣਿਆ ਭਾਈ। ਠੀਕ ਹੈ ਚਲੋ, ਕਿ ਪਿੰਡ ਦੇ ਲੋਕੀ ਨੇ, ਪਿੰਡ ਦੇ ਲੋਕਾਂ ਕੋਲ ਬੜੀਆਂ ਗੱਲਾਂ ਹੁੰਦੀਆਂ ਨੇ, ਇਹਨਾਂ ਕੋਲ ਜਾਣਾਂਗੇ ਬੜਾ ਕੁਝ ਅਸੀਂ। ਖੈਰ ਅਗਲਾ ਸਵਾਲ ਹੈ ਮੇਰਾ, ਬਿੱਲੀ ਕਿੰਨੀ ਦੇਰ ਤੱਕ ਸੌਂਦੀ ਹੈ? ਬਿੱਲੀ ਕਿੰਨੀ ਦੇਰ ਤੱਕ ਸੌਂਦੀ ਹੈ? ਵੈਸੇ ਇਨਸਾਨ ਨੂੰ ਕਿਹਾ ਜਾਂਦਾ ਕਿ 8 ਘੰਟੇ ਸੋਏ ਤਾਂ ਵਧੀਆ, ਮਤਲਬ ਸਰੀਰ ਨੂੰ ਰਿਲੈਕਸ ਮਿਲੇਗਾ, ਲੇਕਿਨ ਟੈਨਸ਼ਨਾਂ ਹੀ ਇੰਨੀਆਂ ਨੇ, ਕਿੱਥੇ ਸੌਣ ਨੂੰ ਮਿਲਦਾ? ਰਾਤ ਨੂੰ ਵੀ ਦਿਮਾਗ ਭੱਜ ਫਿਰੀ ਜਾਂਦਾ, ਰਾਤ ਨੂੰ ਵੀ ਮੋਬਾਈਲ ਤੋਂ ਸਵੇਰੇ ਉੱਠਦੇ ਸਾਰੀ ਮੋਬਾਈਲ ਸਭ। ਅੱਛਾ ਮੈਂ ਵੀ ਇੱਕ ਸਵਾਲ ਪੁੱਛਦਾ, ਸਵੇਰੇ ਉੱਠਦੇ ਸਾਲ ਕੀ ਦੇਖਦੇ ਹੋ? ਘੜੀ ਜਾਂ ਮੋਬਾਈਲ? ਮੋਬਾਈਲ ਸਰ, ਮੋਬਾਈਲ ਤੇ ਘੜੀ, ਮੋਬਾਈਲ ਦੇ ਵਿੱਚ ਘੜੀ। ਸਹੀ ਗੱਲ ਹੈ, ਸਵੇਰੇ ਉੱਠਦੇ ਸਾਰ ਹੀ ਸੂਰਜ ਨੂੰ ਦੇਖਣਾ ਚਾਹੀਦਾ, ਜਾਂ ਕੋਈ ਮਤਲਬ ਪਰਮਾਤਮਾ ਨਾਮ ਜਪੀਏ ਨਾ, ਆਪਾਂ ਰਾਤ ਦਾ ਨਾਮ ਬਾਅਦ ਦੇਖਦੇ, ਪਹਿਲਾਂ ਮੋਬਾਈਲ ਮੋਬਾਈਲ ਦਾ ਨਾਮ ਲਿਆਂਗੇ, ਦੇਖੀ ਕਿਸੇ ਮੈਸੇਜ ਤਾਂ ਨਹੀਂ ਆਇਆ। ਉਠਾ ਦੇ ਮਤਲਬ ਅਲਾਰਮ ਲਾ ਕੇ, ਉਸ ਸਮੇਂ ਸੂਰਜ ਨਿਕਲਦਾ ਨਹੀਂ ਨਾ। ਹਾਂ ਹਾਂ, 4 ਵਜੇ ਉੱਠਦੇ ਆ ਉਦੋਂ ਫਿਰ ਸੂਰਜ ਨਿਕਲਦਾ ਨਹੀਂ। ਬਿਲਕੁਲ ਬਿਲਕੁਲ, ਇਸ ਲਈ ਫਿਰ ਅਲਾਰਮ ਦੇਖ ਠਾਉਂਦਾ ਹੈਗਾ, ਫਿਰ ਦੇਖਦੇ ਵੀ ਕਿੰਨਾ ਟਾਈਮ ਹੋ ਗਿਆ। ਟਾਈਮ ਦੇਖ ਕੇ ਕਈ ਵਾਰ 10 ਮਿੰਟ ਫੇਰ ਬਹਿ ਜਾਂਦੇ ਆ, ਤੇ ਕਈ ਵਾਰ ਉੱਠ ਕੇ ਫੇਰ ਆ ਜਾਂਦਾ ਜੀ, ਹੋ ਜਾ ਜੀ ਸਟਾਰਟ ਬਸ। ਤੇ ਕਈ ਵਾਰ ਹੁੰਦਾ ਵੀ ਕੋਈ ਕੰਮ ਵੀ ਦੇਖਣਾ ਹੁੰਦਾ, ਫੋਨ ਤੇ ਸਰਚ ਵੀ ਕਰਨੀ ਹੁੰਦੀ ਆ, ਫਿਰ ਸਵੇਰੇ ਸਵੇਰੇ ਫੋਨ ਨੂੰ ਚੱਕਣਾ ਵੀ ਪੈਂਦਾ। ਬਿਲਕੁਲ ਬਿਲਕੁਲ। ਸੋ ਬਿੱਲੀ ਕਿੰਨੀ ਦੇਰ ਤੱਕ ਸੌਂਦੀ ਹੈ? ਕੌਣ ਜਵਾਬ ਦੇਗਾ? ਤੁਹਾਡੇ ਘਰ ਤਾਂ ਬਿੱਲੀ ਵੀ ਹੈਗੀ ਨੇ? ਸਾਡੇ ਤਾਂ ਹਰ ਇੱਕ ਚੀਜ਼ ਹੈ ਜੀ। ਵਾਹ ਵਾਹ, ਫਿਰ ਤਾਂ ਤੁਸੀਂ ਵਧੀਆ ਜਵਾਬ ਦੇ ਸਕਦੇ। ਤੁਹਾਡੀ ਬਿੱਲੀ ਸਾਡੇ ਸਾਡੇ 3-4 ਬਿੱਲੀਆਂ ਰਹਿ ਚੁੱਕੀ ਨੇ, ਸਾਡੇ ਜਿਹੜੀ ਬਿੱਲੀ ਹੁੰਦੀ ਅਸੀਂ ਦੁੱਧ ਪਾ ਦਿੰਦੇ ਆ, ਤੇ ਬਸ ਸਾਡੇ ਪਿੱਛੇ ਪਿੱਛੇ ਤਾਂ ਦੁੱਧ ਤਾਂ ਹਰ ਬਿੱਲੀ ਪੈ ਜਾਂਦੀ ਹੈ, ਫਿਰ ਘਰ ਚਾਹ ਕਿਵੇਂ ਬਣਾਉਂਦੇ ਹੋ? ਘਰ ਵੀ ਬਹੁਤ ਹੁੰਦਾ, ਵਾਹਿਗੁਰੂ ਵਾਹਿਗੁਰੂ, ਮਹਾਰਾਜ ਦੀ ਮਿਹਰ ਹੈਗੀ। ਮਿਹਰ ਹੀ ਚਾਹੀਦੀ ਹੈ ਜੀ, ਬਸ ਅਸੀਂ ਪਾਉਨੇ ਤਾਂ ਵੀ ਉਹਨਾਂ ਦੇ ਜਿੰਨਾ ਕਰਮਾਂ 'ਚ ਲਿਖਿਆ ਹੋਇਆ ਉਹ ਪੀ ਜਾਂਦੇ ਨੇ, ਤੇ ਸ਼ਾਇਦ ਕਿਤੇ ਨਾ ਕਿਤੇ ਆਪਾਂ ਜਿੰਨਾ ਦਾਨ ਕਰਦੇ ਹਾਂ ਆਪਾਂ ਨੂੰ ਵਾਪਸ ਵੀ ਮਿਲ ਜਾਂਦਾ। ਬਿਲਕੁਲ ਬਿਲਕੁਲ, ਔਰ ਇਹ ਤਾਂ ਅਨਮੋਲ ਜੀਵ ਨੇ ਸਾਰੇ। ਹਾਂਜੀ ਹਾਂਜੀ, ਇਹਨਾਂ ਨੇ ਕਿਹੜਾ ਵਿਚਾਰਿਆਂ ਨੇ ਕਹਿ ਕੇ ਮੰਗਣਾ ਹੈ ਨਾ। ਆਈ ਲਵ ਐਨੀਮਲ, ਮੈਨੂੰ ਜਾਨਵਰਾਂ ਨਾਲ ਬੜਾ ਪਿਆਰ ਹੈ। ਹਾਂ ਮੈਨੂੰ ਵੀ ਬਹੁਤ ਹੈ, ਕਿਉਂਕਿ ਜਦ ਇਹ ਹੁਣ ਸਰਸੀ ਦੁੱਧ ਪਾਉਂਦੇ ਆ ਆਉਣ ਸਾਰ ਇਹਨਾਂ ਨੇ ਰੌਲਾ ਪਾ ਲੈਣਾ, ਜੇ ਅਸੀਂ ਬਾਲਟੀ ਦੁੱਧ ਦੀ ਪਈ ਹੋ ਸਾਡੇ ਦੁੱਧ ਨੂੰ ਨਹੀਂ ਛੇੜਦੀਆਂ। ਵਾਹ ਕੀ ਬਾਤ ਹੈ ਜੀ, ਆਗਿਆਕਾਰੀ ਬਿੱਲੀਆਂ। ਹਾਂ ਠੀਕ ਹੈ, ਸਾਰੇ ਫਿਰ ਗੱਲਾਂ ਤੇ ਤੁਸੀਂ ਨਾ ਉਲਝਾਓ, ਮੈਨੂੰ ਪਤਾ ਤੁਸੀਂ ਗੱਲਾਂ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਵਾਬ ਦਿਓ ਕਿ ਬਿੱਲੀਆਂ ਕਿੰਨੇ ਘੰਟੇ ਸੌਂਦੀਆਂ ਨੇ? ਜਵਾਬ ਹੈ ਜੀ 12-16 ਘੰਟੇ, ਪਰ ਜਿਹੜੀ ਸਾਡੇ ਵਾਲੀਆਂ ਬਿੱਲੀਆਂ ਨੇ ਉਹ ਤਾਂ ਮਤਲਬ 4-5 ਘੰਟੇ ਪੈਂਦੀਆਂ ਨੇ ਫਿਰ ਮੇਰੇ ਮਗਰ 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 ਮਗਰ। ਵੈਸੇ ਇਸ ਸਵਾਲ ਦਾ ਜਵਾਬ ਹੈ ਜੀ, ਬਿੱਲੀਆਂ 12-16 ਘੰਟੇ ਦੇ ਵਿਚਕਾਰ ਸੌਂਦੀਆਂ ਹਨ। ਅਗਲਾ ਸਵਾਲ ਹੈ ਮੇਰਾ ਜੀ, ਕਾਲਾ ਗੁਲਾਬ ਕਿੱਥੇ ਪਾਇਆ ਜਾਂਦਾ ਹੈ? ਵੈਸੇ ਗੁਲਾਬ ਲਾਲ ਰੰਗ ਹੁੰਦਾ, ਮੈਂ ਤਾਂ ਹੈਰਾਨ ਹੋਇਆ ਜਦੋਂ ਮੈਂ ਪੜ੍ਹਿਆ। ਮੈਂ ਤਾਂ 3-4 ਸਾਡੇ ਦਾ ਇੱਕ ਜਿਹਾ ਤਾਂ ਲਾਲ ਲੱਗਿਆ ਹੁੰਦਾ ਸੀ, ਇੱਕ ਸਾਡਾ ਪਹਿਲਾਂ ਹੁੰਦਾ ਔਰੰਜ, ਔਰੰਜ ਤੋਂ ਬਾਵਾ ਕਲਰ, ਤੇ ਉਸ ਤੋਂ ਬਾਅਦ ਫੇਰ ਥੋੜਾ ਲਾਈਟ ਜਿਹਾ। ਕਿੰਨੇ ਸਾਰੇ ਕਲਰ ਗੁਲਾਬ ਦੇ? ਇਹ ਇੱਕ ਗੁਲਾਬ ਦੇ
गुलाब कि एक टॉपिक आप गुलाब के उ बना लागे किवें रहा काले गुलाब तो है काले काली कहते कणक भी हैगी काली जीरी भी है काली मिट्टी भी है वह भी सवाल अगे आने वाला है चलो अपने है कि काली कणक भी हैगी काली जीरी भी हैगी नहीं एक काला काला गुलाब जिहड़ा जवाब जान लैंदे मैनूं लगदा वीरपाल जी नूं पता होना हां जी दसो जी फिर इस सवाल दा जवाब है जी तुर्की 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 दे विच काला गुलाब पाया जांदा है गुलाब के उत्ते साडी एक वीडियो भी आएगी जिहदे विच असीं पूरी गुलाबां दे बारे ही जानकारी देवांगे सो अगला सवाल है मेरा जी दिल्ली चलो दा नारा किसने लाया सी हुण मैनूं पता सारे ने कमेंट करना किसानां ने क्योंकि बेचारे किसानां नूं भजड़ा किसानां ने लाया दिल्ली चलो दिल्ली चलो दिल्ली चलो बस मैं भी बड़ा जोर लाया सी मैं भी क्या सी दिल्ली लेके चलो दिल्ली लेके चलो मेरे कोई लेके नहीं मैं दिल्ली तो इत्थे आया मैनूं कोई लेके नहीं गया आई दिल्ली छड़ के संगरूर आया पूरा नाम है मैं पढ़ के सुना तुसी भी ट्राई करो बोलेंगे तुसी भी ट्राई करो मैरी स्क्लोडोवका क्यूरी मैरी स्क्लोडोवका क्यूरी ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਅੰਗਰੇਜ਼ੋ ਤੁਹਾਨੂੰ ਛੋਟਾ ਨਾਂ ਨਹੀਂ ਮਿਲਦਾ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਕੀ ਹੈ ਸਕਲਾਡੋਵਕਾ ਕਿਊਰੀ ਲੋ ਪੜ੍ਹ ਕੇ ਸੁਣਾਓ ਕੀ ਲਿਖਿਆ ਮੈਰੀ ਸਕਲਾਡੋਵਕਾ ਕਿਊਰੀ ਵੀਰ ਭਾਜੀ ਵਾਰੀ ਤੁਹਾਡੀ ਮੈਰੀ ਸਲੋਮੀਆ ਸਕਲਾਡੋਵਸਕਾ ਤੁਸੀਂ ਪੜੋ ਜੀ ਮੇਰੇ ਹੱਥ ਖੜੇ ਆ ਤੁਹਾਡੀ ਤਾਂ ਅੰਗਰੇਜ਼ੀ ਨਾਲ ਬਣਦੀ ਨਹੀਂ ਸਿੱਧੀ ਜੀ ਗੱਲ ਹੈ ਜੀ ਮੈਰੀ ਕਿਊਰੀ रेगुर मिट्टी बिलकुल सही जवाब है आप जी का भारत महाराष्ट्र गुजरात मध्य प्रदेश कर्नाटका विच पाई जांदी क्या बात है जी पूरी रिसर्च करके बैठे हां जी कर्नाटक मध्य प्रदेश गुजरात ਅਤੇ ਮਹਾਰਾਸ਼ਟਰ ਦੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਤੇ ਇਹਨੂੰ ਰੈਗੁਰ ਮਿੱਟੀ ਕਿਹਾ ਜਾਂਦਾ ਹੈ ਤੇ ਹੁਣ ਆਪ ਵੀ ਦੱਸੋ ਕੀ ਕਹਿ ਰਹੇ ਸੀ ਕਿੱਥੇ ਕਿੱਥੇ ਇਸਤੇਮਾਲ ਹੁੰਦੀ ਹੈ ਕੀ ਕਿਉਂ ਹੁੰਦਾ ਜਿਵੇਂ ਸਰ ਜਿਹੜੀ ਰੈਗੁਰ ਮਿੱਟੀ ਜਾਂ ਆਪਾਂ ਕਾਲੀ ਮਿੱਟੀ ਕਹਿ ਲਈਏ ਤਾਂ ਇਹ ਬਹੁਤ ਹੀ ਉਪਜਾਊ ਮਿੱਟੀ ਆ ਇਹਦੇ ਵਿੱਚ ਮਤਲਬ ਸਾਰੇ ਜਿਹੜੇ ਜ਼ਰੂਰੀ ਤੱਤ ਫਸਲ ਲਈ ਜ਼ਰੂਰੀ ਨੇ ਉਹ ਸਾਰੇ ਪਾਏ ਜਾਂਦੇ ਨੇ ਜਿਵੇਂ ਕਪਾਹ ਨਰਮੇ ਲਈ ਇਹ ਸਭ ਤੋਂ ਜ਼ਿਆਦਾ ਉਪਜਾਊ ਮਿੱਟੀ ਹੈ ਵੈਰੀ ਗੁੱਡ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਤੁਸੀਂ ਕਾਫੀ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ दुनिया का सब तो लंबा जानवर केड़ा है आई थिंक इहदा जवाब तो हर किसी को होएगा दुनिया का सब तो लंबा जानवर केड़ा है यानी कि उस जानवर ने जे सेब तोड़ के खाना है फल तोड़ के खाना है अमरूद तोड़ के खाना है तो उहदे जानवर जो कि दुनिया का सब तो लंबा जानवर है गर्दन कितनी लंबी होंदी है जवाब है जिराफ अगला सवाल कनाडा की राजधानी केड़ी है हुण तुसीं इह ना कहो कि मैं कनाडा क्यों कहा कैनेडा क्यों नहीं कहा
या कनेडा क्यों नहीं कहा? कनेडा कहो क्योंकि पंजाबियों को कनेडा दी समझ कनेडा लेकिन इथे लिखा है कनाडा 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 की राजधानी केड़ी है जिन्हों को पता है जवाब दो कनाडा की राजधानी जी ओटावा जी ओटावा बिल्कुल सही जवाब है कनाडा की राजधानी है ओटावा अगला और आखिरी सवाल और बहुत ही मिठा सवाल मिठा बड़ा मुंह से पानी आ जाएगा सवाल कलकत्ते दी प्रसिद्ध मिठाई केड़ी है कलकत्ते दी प्रसिद्ध मिठाई केड़ी है बाऊ मुशाय बोला बड़ी ही प्यारी लैंग्वेज है ना कलकत्ते वालों की रसगुल्ला कलकत्ते की प्रसिद्ध मिठाई है सो बहुत बहुत धन्यवाद मैं जानकारी देना चाहांगा तुहानू कि अज की जिहड़ी साडी वीडियो है इहदे जिहड़े सवाल जवाब तैयार किए ने इह वीरपाल कौर जी ने तैयार किए ने अज की थीम इन्हां दी सी जे तुहानू साडी वीडियो वधिया लगी वीडियो नूं लाइक अते शेयर जरूर करो असीं जिन्नी भी जानकारी तुहाडे नाल सांझी करदे आ साडी इंटरनेट ते कीते हुए रिसर्च दे मुताबिक हुंदी है ऊण तां इह होणियां सुभाविक है जो कोई कमी पेशी लगे सानूं दस्सो सुधार करांगे सो अज दी वीडियो सिर्फ इन्ना ही मिलदे हां नैक्सट वीडियो